ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਖਰੇ ਸੱਚ ਦੇ ਨਾਲ ਅੱਜ ਫਿਰ ਮੈਂ ਲਾਹੌਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਔਰ ਲਾਹੌਰ ਸ਼ਹਿਰ ਦੇ ਅੰਦਰ ਇੱਕ ਐਸੀ ਜਗ੍ਹਾ ਸ਼ੌਕਿੰਗ ਦਿਲ ਹਿਲਾ ਦੇਣ ਵਾਲੀ ਜਿਹੜੀ ਕਿ ਸ਼ਾਇਦ ਅੱਜ ਤੋਂ ਪਹਿਲੇ ਕਦੀ ਕਿਸੇ ਨੇ ਖੋਰਾ ਸੱਚ ਨਾ ਦੱਸਿਆ ਹੈ ਮੇਰੇ ਨਾਲ ਅੱਜ ਨੇ ਸ਼ੁਐਬ ਰਜ਼ਾ ਸਾਹਿਬ ਔਰ ਮੈਂ ਅਸੀਂ ਇੱਕ ਸੈਮੀਨਾਰ ਅਟੈਂਡ ਕਰਨ ਆਏ ਸੀ ਆਰਕੀਟੈਕਚਰ ਦੇ ਹਵਾਲੇ ਨਾਲ ਇੱਕ ਇੰਗਲੈਂਡ ਤੋਂ ਆਏ ਹੋਏ ਮਹਿਮਾਨ ਸਨ ਮੈਰੀਨ ਸਾਹਿਬਾ ਉਹਨਾਂ ਦਾ ਅਸੀਂ ਲੈਕਚਰ ਅਟੈਂਡ ਕਰਨ ਲਈ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਟੈਕਨੋਲੋਜੀ ਲਾਹੌਰ ਦੇ ਅੰਦਰ ਜਿਹੜਾ ਅਸੀਂ ਆਏ ਸੀ ਅਤੇ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਬਚਪਨ ਤੋਂ ਇੱਕ ਬਿਲਡਿੰਗ ਦੇਖਦਾ ਆ ਰਿਹਾ ਜਿਹਦਾ ਮੈਨੂੰ ਸ਼ੱਕ ਹੈ ਕਿ ਇਹ ਗੁਰੂ ਘਰ ਹੈ ਗੁਰਦੁਆਰਾ ਸਾਹਿਬ ਹੈ ਅਤੇ ਸ਼ੱਕ ਜਿਹੜਾ ਹੈ ਸ਼ੇਰ ਸਾਹਿਬ ਨੇ ਮੇਰਾ ਸ਼ੱਕ ਅੱਜ ਸਾਰਾ ਕੱਢ ਦਿੱਤਾ ਮੈਂ ਤਾਂ ਇੱਧਰ ਉੱਧਰ ਦੇਖਦਾ ਰਿਹਾ ਅਤੇ ਉਹਨਾਂ ਨੇ ਮੈਨੂੰ ਕਿਹਾ ਜੀ ਆਓ ਬਾਬਾ ਜੀ ਤੁਹਾਨੂੰ ਗੁਰੂ ਖੰਡਾ ਦਿਖਾ ਦਿੰਦੇ ਹਾਂ ਆਓ ਅਤੇ ਅੱਜ ਮੈਂ ਵੀ ਤੁਹਾਨੂੰ ਆਪਣੀਆਂ ਨਜ਼ਰਾਂ ਦੇ ਨਾਲ ਤੁਹਾਨੂੰ ਸਿੱਖ ਨੈਸ਼ਨਲ ਕਾਲਜ ਦੇ ਮੇਨ ਗੇਟ ਦੇ ਕੋਲ ਨਾਲ ਯਾਨੀ ਕਿ 1932 ਤੋਂ ਲੈ ਕੇ 1947 ਤੱਕ ਇਹ ਜਗ੍ਹਾ ਜਿਹੜੀ ਸੀ ਗੁਰੂ ਘਰ ਸੀ ਠੀਕ ਹੈ ਜੀ ਬਾਈ ਬੁੱਧੂ ਦੇ ਆਵੇ ਦੇ ਇਸ ਪਾਸੇ ਅਗਰ ਦੇਖਿਆ ਜਾਏ ਤਾਂ ਬਾਈ ਬੁੱਧੂ ਦਾ ਮਕਬਰਾ ਹੈ ਔਰ ਇਹਦੇ ਬਿਲਕੁਲ ਸੇਮ ਸਾਹਮਣੇ ਅਗਰ ਤੁਸੀਂ ਆਉਂਦੇ ਹੋ ਤਾਂ ਅੱਜ ਕੱਲ੍ਹ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਟੈਕਨੋਲੋਜੀ ਲਾਹੌਰ ਦਾ ਪ੍ਰਾਇਮਰੀ ਸਕੂਲ ਹੈ ਜੀ ਪ੍ਰਾਇਮਰੀ ਸਕੂਲ ਹੈ ਮੈਂ ਬਚਪਨ ਤੋਂ ਦੇਖਦਾ ਆ ਰਿਹਾ ਮੇਰੇ ਨਾਲ ਦੇ ਬੱਚੇ ਬਹੁਤ ਜ਼ਿਆਦਾ ਸਾਰੇ ਇੱਥੇ ਪੜ੍ਹੇ ਨੇ ਲੇਕਿਨ ਮੈਨੂੰ ਅੰਦਰ ਆਉਣ ਦਾ ਇੱਕ ਵਾਰੀ ਹੀ ਇਤਫਾਕ ਹੋਇਆ ਲੇਕਿਨ ਉਸ ਵੇਲੇ ਨਾ ਸਮਝੀ ਦੇ ਵਿੱਚ ਤਾਂ ਬੰਦੇ ਨਹੀਂ ਪਤਾ ਹੁੰਦਾ ਕਿ ਵੀ ਇਹ ਗੁਰਦੁਆਰਾ ਵੀ ਹੋ ਸਕਦਾ ਹੈ ਮਸਜਿਦ ਵੀ ਹੋ ਸਕਦੀ ਹੈ ਜਾਂ ਮੰਦਰ ਹੋ ਸਕਦਾ ਕੋਈ ਚੀਜ਼ ਵੀ ਹੋ ਸਕਦੀ ਹੈ ਲੇਕਿਨ ਅੱਜ ਖਰੇ ਸੱਚ ਦੇ ਨਾਲ ਬਾਬਾ ਜੀ ਤੁਹਾਨੂੰ ਦਿਖਾਉਣਗੇ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਪੰਜਾਬ ਪੇਜ ਇਹ ਹੈ ਮੇਰਾ ਪਾਕਿਸਤਾਨ ਔਰ ਹਮਾਰੇ ਖਾਨੇ ਮਾਰੀ ਪਹਿਚਾਨ ਪਿਸ਼ਾਵਰੀ ਸਿੰਘ ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ ਦੇ ਨਾਲ ਸ਼ੇਰ ਸਰ ਗੁਰੂ ਖੰਡਾ ਸਾਹਿਬ ਸ਼ੋਅ ਕਰੋ ਜ਼ਰਾ ਇਹ ਸਾਹਮਣੇ ਦੇਖੋ ਤੁਸੀਂ ਖੰਡਾ ਸਾਹਿਬ ਬੜਾ ਵਿਜ਼ੀਬਲ ਹੈ ਠੀਕ ਹੈ ਜੀ ਹਰ ਚੀਜ਼ ਹਰ ਐਵੀਡੈਂਸ ਜਿਹੜਾ ਉਹ ਮਿਟ ਸਕਦਾ ਹੈ ਲੇਕਿਨ ਗੁਰੂ ਖੰਡਾ ਜਿਹੜਾ ਉਹ ਸਟਿਲ ਉੱਥੇ ਹੈ ਫਲੈਗ ਵਾਲੀ ਜਗ੍ਹਾ ਵੀ ਉੱਥੇ ਹੈ ਜਿੱਥੇ ਨਿਸ਼ਾਨ ਸਾਹਿਬ ਸੀ ਇਹ ਦੇਖੋ ਇਹ ਦੋ ਮੰਜ਼ਿਲਾ ਖੂਬਸੂਰਤ ਗੁਰੂ ਘਰ ਜਿਹੜਾ ਸੀ ਉਹਦਾ ਮੈਂ ਤੁਹਾਨੂੰ ਫਸਟ ਫਲੋਰ ਦਿਖਾਉਂਦਾ ਵਾਂ ਸ਼ੇਰ ਸਾਹਿਬ ਆਓ ਇਹ ਫਸਟ ਰੂਮ ਹੈ ਇਹ ਸੈਕਿੰਡ ਰੂਮ ਹੈ ਅੰਦਰ ਆਉਂਦਿਆਂ ਔਰ ਇਹ ਜਿਹੜਾ ਸੀ ਸਾਹਮਣੇ ਸੁੱਖ ਆਸਨ ਹੈ ਅੱਛਾ ਮਜ਼ੇਦਾਰੀ ਦੀ ਗੱਲ ਹੈ ਕਿ ਗੁਰੂ ਘਰ ਜਿਹੜਾ ਹੈ ਉਹਦੇ ਵਿੱਚ ਜਿਹੜੇ ਨੇ ਦੋ ਫਲੋਰ ਜਿਹੜੇ ਡਿਕਲੇਅਰ ਕੀਤੇ ਨੇ ਮੈਨੂੰ ਇੱਕ ਸੋਰਸਿਸ ਤੋਂ ਪਤਾ ਚੱਲਿਆ ਸੀ ਜਿਹੜੇ ਇੱਥੋਂ ਤਕਰੀਬਨ 1938 ਤੋਂ ਲੈ ਕੇ 1940 ਤੱਕ ਉਹ ਸਟੂਡੈਂਟ ਇੱਥੇ ਪੜ੍ਹਦੇ ਰਹੇ ਨੇ ਉਹਨਾਂ ਦੇ ਇੱਕ ਭਤੀਜੇ ਨੇ ਮੈਨੂੰ ਦੱਸਿਆ ਕਿ ਵੀ ਇੱਥੇ ਗੁਰਦੁਆਰਾ ਹੁੰਦਾ ਸੀ ਇੱਕ ਗੁਰਦੁਆਰਾ ਅਤੇ 5 ਨੰਬਰ ਗੇਟ ਦੇ ਨਾਲ ਜਿਹੜੀ ਬਿਲਡਿੰਗ ਹੈ ਹੋਸਟਲ ਹੈ ਸੀ ਹੋਸਟਲ ਕਹਿੰਦੇ ਨੇ ਉਹਨੂੰ ਉਹਦੀ ਮੈਂ ਪਿਕਚਰਸ ਪਹਿਲੇ ਵੀ ਸੈਂਡ ਕੀਤੀਆਂ ਸੀ ਅਤੇ ਉਹਦੇ ਉੱਤੇ ਕਿਸੇ ਨੇ ਕੋਈ ਇੰਟਰਸਟ ਨਹੀਂ ਸ਼ੋਅ ਕੀਤਾ ਕਿ ਵੀ ਯਾਰ ਇਹ ਕੋਈ ਗੁਰਦੁਆਰਾ ਹੋ ਸਕਦਾ ਜਾਂ ਨਹੀਂ ਹੋ ਸਕਦਾ ਲੇਕਿਨ ਇਹ ਤਾਂ ਹੁਣ ਕਨਫਰਮ ਜਿਸ ਜਗ੍ਹਾ ਦੇ ਉੱਤੇ ਮੈਂ ਖਲੋਤਾ ਵਾਂ ਇਸ ਕਲਾਸ ਦੇ ਅੰਦਰ ਇਹ ਪੂਰਾ ਹਾਲ ਜਿਹੜਾ ਹੈ ਇਹ ਗੁਰੂ ਘਰ ਸੀ ਇਸ ਜਗ੍ਹਾ ਦੇ ਉੱਤੇ ਇਹ ਬੋਰਡ ਦੇ ਥੱਲੇ ਪ੍ਰਕਾਸ਼ ਅਸਥਾਨ ਸੀ ਲੇਕਿਨ ਇਹ ਬਹੁਤ ਮਾਡਰਨ ਆਰਕੀਟੈਕਚਰ ਹੈ ਮਾਡਰਨ ਆਰਕੀਟੈਕਚਰ ਇਸ ਲਈ ਹੈ ਕਿ ਸਿੱਖ ਪੀਰੀਅਡ ਦੇ ਵਿੱਚ 1910 ਦੇ ਵਿੱਚ ਜਿਹੜਾ ਉਹਨੂੰ ਬਣਾਇਆ ਜਾਂਦਾ ਔਰ 1932 ਦੇ ਵਿੱਚ ਇਹਨੂੰ ਸਿੱਖ ਨੈਸ਼ਨਲ ਕਾਲਜ ਡਿਕਲੇਅਰ ਕੀਤਾ ਜਾਂਦਾ ਹੈ ਔਰ ਫਿਰ ਇਹ ਗੁਰਦੁਆਰੇ ਦੀ ਇੱਥੇ ਜ਼ਰੂਰਤ ਪੇਸ਼ ਆਉਂਦੀ ਹੈ ਤਾਂ 1910 ਦੇ ਵਿੱਚ ਜਦੋਂ ਸਿੱਖ ਜਦੋਂ 1932 ਦੇ ਵਿੱਚ ਇਹਨੂੰ ਕਿਹਾ ਜਾਂਦਾ ਸਿੱਖ ਨੈਸ਼ਨਲ ਕਾਲਜ ਅਤੇ ਫਿਰ ਸਿੱਖ ਨੈਸ਼ਨਲ ਕਾਲਜ ਵਾਸਤੇ ਡੈਫੀਨੇਟਲੀ ਅਗਰ ਕੋਈ ਇਸਲਾਮੀਆ ਕਾਲਜ ਹੋਏਗਾ ਤਾਂ ਉਹਦੇ 'ਚ ਮਸਜਿਦ ਬਣੀ ਹੋਏਗੀ ਔਰ ਅਗਰ ਸਿੱਖ ਨੈਸ਼ਨਲ ਕਾਲਜ ਹੋਏਗਾ ਤਾਂ ਡੈਫੀਨੇਟਲੀ ਉੱਥੇ ਗੁਰੂ ਘਰ ਹੀ ਹੋਏਗਾ ਮੈਂ ਤੁਹਾਨੂੰ ਇਹਦਾ ਦਿਖਾਉਣਾ ਫਸਟ ਫਲੋਰ ਮੇਰੇ ਅੱਜ ਦੇ ਸਫ਼ਰ ਦੇ ਨਾਲ ਨੇ ਉਸਤਾਦ ਵੀ ਨੇ ਇੱਥੇ ਦੇ ਸਕੂਲ ਦੇ ਔਰ ਸ਼ੁਐਬ ਸਾਹਿਬ ਸ਼ੁਐਬ ਰਜ਼ਾ ਸਾਹਿਬ ਲਾਹੌਰ ਐਕਸਪਲੋਰ ਡੀ ਜੀ ਕੇ ਐਕਸਪਲੋਰ ਦੇ ਨਾਲ ਅੱਜ ਲਾਹੌਰ ਐਕਸਪਲੋਰ 'ਤੇ ਪਹੁੰਚੇ ਨੇ ਮੇਰੇ ਨਾਲ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਇੰਜੀਨੀਅਰਿੰਗ ਯੂਨੀਵਰਸਿਟੀ ਆਫ ਲਾਹੌਰ ਦੇ ਵਿੱਚ ਜਿਹੜੀ ਦਿੱਲੀ ਸੜਕ ਜਾਂਦੀ ਹੈ ਲਾਹੌਰ ਤੋਂ ਉਹਦੇ ਉੱਤੇ ਇੰਜੀਨੀਅਰਿੰਗ ਯੂਨੀਵਰਸਿਟੀ ਦੇ ਕੋਲ ਇੱਕ ਛੋਟਾ ਜਿਹਾ ਜਿਹੜਾ ਸੀ ਸਕੂਲ ਸੀ ਜਿਹਦਾ ਮੈਨੂੰ ਡਾਊਟ ਸੀ ਲੇਕਿਨ ਅੱਜ ਮੈਂ ਉਸਨੂੰ ਡਿਕਲੇਅਰ ਕਰ ਰਿਹਾ ਹਾਂ ਕਿ ਇਹ ਬਿਲਡਿੰਗ ਜਿਹੜੀ ਸੀ ਗੁਰੂ ਘਰ ਦੀ ਸੀ ਪ੍ਰਾਈਵੇਟ ਐਵੀਡੈਂਸ ਵਾਸਤੇ ਗੁਰੂ ਖੰਡਾ ਸਾਹਿਬ ਮੈਂ ਦਿਖਾ ਚੁੱਕਿਆ ਇਹ ਫਸਟ ਫਲੋਰ ਹੈ ਔਰ ਸੇਮ ਡਿਜ਼ਾਈਨ ਸੁੱਖ ਆਸਨ ਔਰ ਇਹ ਹਾਲ ਹੈ ਗੁਰੂ ਘਰ ਦਾ ਅੱਜ ਕੱਲ੍ਹ ਸਕੂਲ ਦੀ ਮੈਂਟੇਨੈਂਸ ਚੱਲ ਰਹੀ ਹੈ ਇਸ ਵਾਸਤੇ
ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਇਹ ਹੈ ਮੇਰਾ ਪਾਕਿਸਤਾਨ ਪੰਜਾਬ ਪੇਜ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਮੈਂ ਉਹ ਤੁਹਾਨੂੰ ਇੱਥੋਂ ਦਿਖਾਵਾਂ ਥੋੜ੍ਹਾ ਜਿਹਾ ਵਿਊ ਜਿਹੜਾ ਸਿੱਖ ਨੈਸ਼ਨਲ ਕਾਲਜ ਦਾ। ਇਹ ਦੇਖੋ ਸਾਹਮਣੇ ਜਿਹੜੀ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਇਹ ਸਾਹਮਣੇ ਦਰਖਤਾਂ ਦੇ ਪਿੱਛੇ ਜਿਹੜਾ ਸਿੱਖ ਨੈਸ਼ਨਲ ਕਾਲਜ ਹੈ, ਔਰ ਇਹ ਜਿਹੜਾ ਇਹ ਗੁਰੂ ਘਰ ਹੈ ਖੰਡਾ ਸਾਹਿਬ। ਮੈਂ ਤੁਹਾਨੂੰ ਪਹਿਲੇ ਦਿਖਾ ਦਿੱਤਾ, ਥਰਡ ਫਲੋਰ ਦੇ ਉੱਤੇ ਇਹਦੀ ਛੱਤ ਹੈ ਔਰ ਦੋ ਮਮਟੀਆਂ ਬਣੀਆਂ ਨੇ, ਹੋਰ ਕੋਈ ਚੀਜ਼ ਨਹੀਂ ਹੈ। ਆਓ ਮੈਂ ਫਸਟ ਤੁਹਾਨੂੰ ਸੈਕਿੰਡ ਫਲੋਰ 'ਤੇ ਲੈ ਜਾਵਾਂ। ਇਹ ਜਗ੍ਹਾ ਜਿੱਥੇ ਹੁਣ ਪਾਕਿਸਤਾਨ ਦਾ ਫਲੈਗ ਲੱਗਾ, ਇਸ ਜਗ੍ਹਾ ਦੇ ਉੱਤੇ ਨਿਸ਼ਾਨ ਸਾਹਿਬ ਸੀ, ਔਰ ਉਹ ਸਾਹਮਣੇ ਰਹੀ ਬਿਲਡਿੰਗ ਸਿੱਖ ਨੈਸ਼ਨਲ ਕਾਲਜ ਦੀ, ਜਿਹੜਾ ਕਿ 1932 ਤੋਂ ਲੈ ਕੇ 1947 ਤੱਕ ਸਿੱਖ ਨੈਸ਼ਨਲ ਕਾਲਜ ਸੀ। ਹਿਸਟਰੀ ਨੂੰ ਜਿੰਨਾ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹ ਮਿਟਦੀ ਨਹੀਂ ਹੈ, ਉਹ ਆਪਣੇ ਆਪ ਨੂੰ ਰਿਪੀਟ ਜ਼ਰੂਰ ਕਰਦੀ ਹੈ। ਮੇਰੀ ਗੁਜ਼ਾਰਿਸ਼ ਹੈ, ਇਹ ਦੇਖੋ ਇੱਥੇ ਵੀ ਖੰਡਾ ਸਾਹਿਬ ਬਣਿਆ ਹੋਇਆ ਸੀ, ਕਈ ਵਕਤ ਦੇ ਨਾਲ ਅਲੋਪ ਹੋ ਗਿਆ। ਦਿਖਾਉਣ ਦਾ ਮਕਸਦ ਇਹ ਵੇ ਦੋਵਾਂ ਪਾਸੇ ਮੈਂ ਕਿਸੇ ਇੱਕ ਮੁਲਕ ਨੂੰ ਜਾਂ ਇੱਕ ਕਮਿਊਨਿਟੀ ਨੂੰ ਇਸ ਚੀਜ਼ ਦਾ ਜ਼ਿੰਮੇਦਾਰ ਨਹੀਂ ਠਹਿਰਾਉਂਦਾ, ਇਸ ਵਾਸਤੇ ਕਿ 47 ਤੋਂ ਪਹਿਲੇ ਤਾਂ ਹੈਰੀਟੇਜ ਇਕੱਠਾ ਸੀ, ਹੁਣ ਖਤਮ ਹੋ ਚੁੱਕਿਆ, ਇਹ ਸਾਰੀਆਂ ਲੜਾਈਆਂ ਖਤਮ ਕਰ ਦਿਓ ਪਲੀਜ਼ ਪਲੀਜ਼ ਪਲੀਜ਼। ਸਿੱਖ ਇਸ ਮਾਸਟਰ ਦਾ ਹਿੱਸਾ ਨੇ, ਇਹਨਾਂ ਦੇ ਹੈਰੀਟੇਜ ਦੀ ਵੀ ਕਦਰ ਕਰੋ ਯਾਰ, ਗੁਰੂ ਘਰਾਂ ਦੀ ਕਦਰ ਕਰੋ। ਇਸ ਪਾਸੇ ਹੈ ਡਿਸ਼ ਦੀ ਬੈਕ ਸਾਈਡ ਦੇ ਉੱਤੇ ਬਾਈ ਬੁੱਧੂ ਦਾ ਮਕਬਰਾ ਹੈ, ਬਾਈ ਬੁੱਧੂ ਦਾ ਟੌਂਬ ਹੈ, ਇਸ ਤਮਾਮ ਜ਼ਮੀਨ ਜਿਹੜੀ ਸੀ ਬਾਈ ਬੁੱਧੂ ਦੀ ਹੈ, ਯੂਨੀਵਰਸਿਟੀ ਵੀ, ਇਹ ਮੁਸਲਿਮ ਗ੍ਰੇਵਯਾਰਡ ਹੈ, ਇਹ ਜਿਹੜੀਆਂ ਕਿੱਕਰੀਆਂ ਨਜ਼ਰ ਆ ਰਹੀਆਂ ਇਹਦੇ ਵਿੱਚ, ਇਸ ਤੋਂ ਅੱਗੇ ਜਾਓ ਅਤੇ ਕ੍ਰਿਸਚਨਸ ਦਾ ਕਬਰਸਤਾਨ ਹੈ। ਇਹ ਤਮਾਮ ਜਗ੍ਹਾ ਬਾਈ ਬੁੱਧੂ ਦੀ ਸੀ। ਇਹ ਸਾਹਮਣੇ ਬੁੱਧੂ ਦਾ ਆਵਾ ਹੈ, ਉਹਦਾ ਕਬਰਸਤਾਨ ਹੈ, ਕਬਰਸਤਾਨ ਦੇ ਬਾਹਰ ਜਿਹੜੀ ਹੈ ਜਨਾਜ਼ਗਾਹ ਦਾ ਮੰਜ਼ਰ ਦਿਖਾ ਰਿਹਾ ਤੁਹਾਨੂੰ ਮੈਂ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਅੱਜ ਮੈਂ ਤੁਹਾਨੂੰ ਖਰੇ ਸੱਚ ਨਾਲ ਲੈ ਕੇ ਆਇਆ ਵਾਂ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ ਦੇ ਵਿੱਚ, ਜ਼ੀਰੋ ਗੇਟ ਦੇ ਨਾਲ ਪੁਲਿਸ ਚੌਕੀ ਦੀ ਬੈਕ ਸਾਈਡ ਦੇ ਉੱਤੇ ਜਿਹੜਾ ਸਕੂਲ ਹੈ, ਗੌਰਮੈਂਟ ਸਕੂਲ, ਇਹ ਗੁਰੂ ਘਰ ਸੀ ਪ੍ਰੀ ਪਾਰਟੀਸ਼ਨ 1947 ਤੋਂ ਪਹਿਲੇ, 1932 ਤੋਂ ਲੈ ਕੇ 1947 ਤੱਕ ਸਿੱਖ ਨੈਸ਼ਨਲ ਕਾਲਜ ਸੀ ਅਤੇ ਇਹ ਉਹਦਾ ਪਾਰਟ ਸੀ। ਗੱਲ ਬਾਰ ਬਾਰ ਉਹੀ ਆ ਜਾਂਦੀ ਹੈ ਕਿ ਹਿਸਟਰੀ ਨੂੰ ਮਿਟਾਇਆ ਨਹੀਂ ਜਾ ਸਕਦਾ, ਹਿਸਟਰੀ ਕਦੀ ਖਤਮ ਨਹੀਂ ਹੁੰਦੀ, ਕੋਈ ਨਾ ਕੋਈ ਐਸਾ ਜ਼ਰੂਰ ਉੱਠਦਾ ਜੋ ਇਸ ਨੂੰ ਦੁਬਾਰਾ ਫਰੋਲਦਾ ਲੱਭਦਾ। ਮੈਂ ਇੱਕ ਵਾਰੀ ਫਿਰ ਤੁਹਾਨੂੰ ਮੈਂ ਦਿਖਾਉਂਦਾ ਜਾਵਾਂ ਮੁਕੰਮਲ ਐਵੀਡੈਂਸ ਗੁਰਦੁਆਰਾ ਹੋਣ ਦੇ। ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ ਦੇ ਨਾਲ ਇਹ ਹੈ ਮੇਰਾ ਪਾਕਿਸਤਾਨ, ਹਮਾਰੇ ਖਾਨੇ ਹਮਾਰੀ ਪਹਿਚਾਨ, ਪਿਸ਼ਾਵਰੀ ਸਿੰਘ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਦੇਖਦੇ ਰਹੋ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਐਂਡ ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ।